ਚਿੱਠੀ ਪੜ੍ਹ ਕੇ ਸਰਦਾਰ ਦਾ ਖੂਨ ਖੋਲ ਉੱਠਿਆ, ਉੱਠ ਕੇ ਖੜਾ ਹੋ ਗਿਆ। ਡਾਕਟਰ ਬੈਦ ਹਕੀਮ ਝਾੜ ਕੇ ਇਸ ਤਰ੍ਹਾਂ ਪਰੇ ਸੁੱਟ ਦਿੱਤੇ ਜਿਵੇਂ ਆਪਾਂ ਬੇਰੀ ਨੂੰ ਹਲੂਣ ਕੇ ਕਾਜੜੇ ਝਾੜ ਕੇ ਪਰੇ ਮਾਰਦੇ ਆ। ਭੱਜ ਕੇ ਫੇਰ ਬੈਦ ਹਕੀਮ ਚਿਮੜ ਗਏ, ਸਰਦਾਰ ਸਾਹਿਬ ਤੁਹਾਡੀ ਸਿਹਤ ਜੰਗ ਦੇ ਕਾਬਲ ਨਹੀਂ, ਤੁਸੀਂ ਬਿਮਾਰੀ ਦੀ ਹਾਲਤ ਵਿੱਚ ਹੋ, ਤੁਸੀਂ ਜੰਗ ਵਿੱਚ ਨਹੀਂ ਜਾ ਸਕਦੇ। ਕਹਿਣ ਲੱਗਿਆ ਹੋਏ ਮੇਰੇ ਪੰਥ ਉੱਤੇ, ਮੇਰੇ ਪੰਜਾਬ ਉੱਤੇ, ਮੇਰੀ ਅਣਖ ਉੱਤੇ, ਮੇਰੀ ਕੌਮ ਉੱਤੇ ਐਡਾ ਵੱਡਾ ਬਾਰ ਹੋ ਗਿਆ ਹੋਵੇ, ਕੀ ਮੈਂ ਇੱਥੇ ਰਹਿ ਸਕਦਾ? ਉਹਨੇ ਕੀਤਾ ਜੰਗ ਦਾ ਤਿਆਰਾ, ਉਹਨੇ ਬੋਲੇ ਸੌ ਨਿਹਾਲ ਦਾ ਛੱਡਿਆ ਜਕਾਰਾ, ਉਹਨੇ ਦਿੱਤਾ ਮਸ਼ਹਿਰਿਆਂ ਨੂੰ ਤਾਂ, ਉਹਦੇ ਡੋਲੇ ਫੜਕੇ, ਉਹਨੇ ਦੰਦ ਗਰੀਚੇ, ਉਹਨੇ ਬੁੱਲ ਟੁੱਕੇ, ਉਹਦੇ ਖੂਨ ਨੇ ਖਾਧਾ ਵਾਲਾ ਬੈੜੀ ਦਲ ਦੇ ਉੱਤੇ ਚੜ੍ਹਾਈ ਹੈ। ਮੁਗਲਾਂ ਦੇ